ਗੁਰਦੁਆਰਾ ਸਾਹਿਬ ਤੋਂ ਅਸੀਂ ਨਿਕਲੇ ਹੋਏ ਸੀ। ਹੁਣ ਅਸੀਂ ਪਲੈਨ ਬਣਾਇਆ ਇੱਧਰ ਸਾਡੇ ਲਾਗੇ ਨਾ ਗੁਰਦੁਆਰੇ ਸਾਹਿਬ ਦੇ ਲਾਗੇ ਸਾਡੇ ਇੱਧਰ ਪਾਰਕ ਹੈ, ਪਲੈਨ ਬਣਾਇਆ ਸੀ ਕਿ ਹੁਣ ਇੱਥੇ ਪਾਰਕ ਬਹਿੰਦੇ ਹਾਂ ਘੜੀ 'ਚ ਜਾ ਕੇ। ਆਹ ਰੁਪਿੰਦਰ ਨਾਲ ਮੈਨੂੰ ਲੈ ਕੇ ਅੱਗੇ ਜਾਂਦੀ ਵੀ, ਆਹ ਮੈਡਮ ਮੇਰੀ ਫਰੈਂਡ, ਆਹ ਦੀਦੀ ਦਾ ਮੁੰਡਾ ਹੈ, ਆਹ ਮੇਰਾ ਸਦਾਈ। ਚਲੋ ਤੁਹਾਨੂੰ ਅੱਜ ਪਾਰਕ ਦਿਖਾਉਂਦੇ ਹਾਂ, ਆਹ ਸਾਡੇ ਲਾਗੇ ਵਾਲੀ ਪਾਰਕ ਹੈ, ਆਉਣੀ ਨਹੀਂ ਹੁੰਦਾ ਹੈਗਾ ਇੱਧਰ ਠੰਡ ਕਰਕੇ। ਲਓ ਜੀ ਆਹ ਵੇਖੋ ਪਾਰਕ, ਇਹ ਪਹਿਲਾਂ ਨਾ ਸਾਡੇ ਇੰਨੀ ਨਹੀਂ ਸੀ ਮਤਲਬ ਤਿਆਰ ਹੋਈ, ਹੁਣ ਰੈਡੀ ਹੋ ਗਈ ਆ ਇੱਥੇ ਜਿੱਦਾਂ, ਉਹ ਦਿਖਾਉਂਦੇ ਹਾਂ ਤੁਹਾਨੂੰ ਅੱਗੇ ਜਾ ਕੇ। ਰੁਪਿੰਦਰ ਵੇਟ ਕਰੀ, ਓਕੇ। ਉਹ ਵੇਖੋ ਉੱਧਰ ਲਾਈਟ ਪੈਂਦੀ ਵੀ ਅੱਖਾਂ ਵਿੱਚ, ਤਾਂ ਉਹਨੇ ਮੂੰਹ ਨਹੀਂ ਸਿੱਧਾ ਕਰਦਾ ਮੈਂ। ਨਮਨ ਨਮਨਪ੍ਰੀਤ, ਆ ਇੱਧਰਲੀ ਸਾਈਡ ਵੱਲ ਨਾ ਸਾਡਾ ਘਰ ਪੈਂਦਾ, ਇੱਧਰੋਂ ਅਸੀਂ ਜਾ ਸਕਦੇ ਹਾਂ ਗੁਰਦੁਆਰਾ ਸਾਹਿਬ, ਸਾਡੇ 3-4 ਬਲਾਕ ਪੈਂਦੇ ਬਸ। ਹਾਏ ਨਹੀਂ ਪੈਰੀ ਮੁੜ ਕੇ, ਚੱਲ ਚੱਲ ਇੱਧਰ ਹੀ ਹੋ ਜਾ ਇੱਧਰ। ਆਹ ਦੇਖੋ ਆਹ ਨਾ ਹੁਣ ਸਾਡੇ ਇੱਥੇ ਆਹ ਹੁਣ ਤਿਆਰ ਹੋਈ ਇੱਥੇ, ਜਿੱਦਾਂ ਵਾਲੀਬਾਲ ਜਿਹਾ ਖੇਡਦੇ ਨੇ ਬੱਚੇ। ਛੋਟੀ ਜਿਹੀ ਗੱਡੀ ਹੈ ਦੀਦੀ, ਕਹਿੰਦੇ ਨੇ 8 ਨੂੰ ਕਹਿੰਦੇ ਗ੍ਰਹਿ ਗੁਰੂ ਲੱਗਣਾ, ਕਹਿੰਦੇ ਬੰਦ ਬੁੰਦ ਰਹਿਣਾ ਸਾਰਾ ਕੁਛ। ਉਧਰ ਵੀ ਉਹ ਵਾਲੀਬਾਲ ਵਾਲਾ, ਇੱਧਰ ਆ ਬੱਚਿਆਂ ਦੇ ਨੇ, ਸਾਡੇ ਘਰ ਵੀ ਆਉਂਦਾ ਹੁੰਦਾ ਸੀਜ਼ਨ ਲਈ ਬਿਮਾਰੀ ਚ ਮੈਂ ਤੁਹਾਨੂੰ ਸਾਹ ਨਹੀਂ ਐਗਜ਼ਮਾ ਆ, ਤੂੰ ਤੇ ਕੁਝ ਹੋਰ ਹੀ ਬੋਲਣਾ ਵੇ, ਮੈਂ ਕਿਹਾ ਪਤਾ ਨਹੀਂ ਐਗਜ਼ ਕਰੀ ਜਾਂਦਾ। ਉਹ ਜਿਹੜਾ ਉਹ ਮਾਰਦੇ ਨੇ ਗੁਰਦੁਆਰੇ ਸਾਹਿਬ ਤੋਂ ਚਾਹ ਲੈ ਜਾਂਦੀ ਹੱਥ ਵਿੱਚ ਫੜ ਕੇ, ਆਹ ਦੇਖੋ ਇੱਧਰ ਵਾਹ ਕਿੰਨਾ ਸੋਹਣਾ ਨਿਆਣਾ, ਸੋ ਕਿਊਟ। ਗਰਮੀਆਂ ਦੀ ਨਿਸ਼ਾਨੀ, ਆਹ ਵੇਖੋ ਇੱਧਰ ਕਿੱਦਾਂ ਫਰੋਕ ਫਰੂਕ ਬਣਾਏ ਨੇ, ਕਿੰਨੇ ਸੋਹਣੇ ਲੱਗਦੇ ਮੈਨੂੰ ਕੱਛੂ ਕੰਮੇ। ਮੈਡਮ ਜੀ ਥੱਕ ਗਏ ਹੋ, ਨਮਨ ਨੇ ਮੂੰਹ ਕੀਤਾ ਕਿ ਨਹੀਂ ਉੱਤੇ, ਨਮਨ ਵੇਖਦਾ ਵੀ ਹੁਣ ਮੈਂ ਵੀ ਆ ਇੱਧਰ ਪਿੰਗਾਂ ਏ ਬੱਚਿਆਂ ਦੀਆਂ। ਨਮਾ ਨਮਨਪ੍ਰੀਤ, ਲੈ ਇੱਕ ਸਾਈਡ ਤੇ ਕਰ ਦੇਣੀ ਸੀ ਨਾ, ਚਾਹ ਚ ਖੰਡ ਨਹੀਂ ਹੈਗੀ, ਢਿੱਡ ਭਰਨ ਵਾਲੀ ਗੱਲ ਹੈ। ਆਹ ਲੈ ਗਈ ਨਮਨ ਨੂੰ, ਆਹ ਛੋਟੇ ਬੱਚਿਆਂ ਦੇ ਉੱਧਰ ਨੇ ਨਾ ਪੰਗੂੜੇ। ਰੁਪਿੰਦਰ ਲੈ ਗਈ ਨਮਨਪ੍ਰੀਤ ਨੂੰ ਉੱਧਰ, ਮੈਂ ਕਿਹਾ ਵੇਖਣੀ ਆ ਮੈਂ ਵੀ ਜਾ ਕੇ, ਇੱਥੇ ਇੱਥੇ ਖੁਸ਼ ਰਹਿੰਦਾ ਬਾਹਰ ਆਣ ਕੇ ਤੇ ਬਹੁਤ ਐਨ। ਨਮਨ ਵੇ, ਨਮਨ ਚਾਹ, ਆਏ ਹਾਏ, ਉਹ ਕਰ ਉਹਦੀ ਪੈਂਟ ਸਵਾਰੀ, ਪੈਂਟ ਥੱਲੂ ਕਰ ਸਵਾਰੀ, ਬੂਟ ਪਾਏ ਨਹੀਂ ਹੈਗੇ ਇਹਦੇ ਹੁਣ। ਨਮਨਪ੍ਰੀਤ ਨੀ ਮੰਮਾ ਦੇ ਗੁੱਗਾ ਵੀ ਸ਼ਰਮਾਉਂਦਾ ਹੀ ਬੜਾ। ਨਮਨ ਧੁੱਪ ਪੈਂਦੀ ਹੈ ਇਹਦੀਆਂ ਅੱਖਾਂ ਤੋਂ ਕਰੋ, ਆਹ ਵੀ ਆ ਗਿਆ ਗੁੱਗਾ ਵੀ ਦੇਖੋ ਚਾ। ਲਓ ਜੀ ਤਿੰਨੇ ਭੈਣ ਭਰਾ ਲੱਗ ਗਏ ਨੇ, ਆ ਵੇਲਾ ਛੋਟੇ ਬੱਚਿਆਂ ਦੇ ਪੰਗੂੜੇ ਚ ਬੈਠੀ ਆ, ਇੱਧਰ ਵਿਚਾਰੇ ਪਿੰਗਾਂ ਮੱਲੀ ਜਾਣ,
ਨਿਆਣੇ ਬਾਜ ਕਹਿੰਦੇ ਪੁਸ਼ ਕਰੋ ਜਾ ਨਮਨ ਨਵਾਂ ਪੀਤ ਨਮਨ ਨੂੰ ਧੁੱਪ ਪੈਂਦੀ ਅੱਖਾਂ ਨੂੰ ਤੇ ਉਹ ਮੂੰਹ ਨਹੀਂ ਸਿੱਧਾ ਕਰਦਾ ਨਮਨ ਆਵਾਜ਼ ਸੁਣਦਾ ਬਾਈਕ ਗਿਆ ਤੇ ਉਹਦੀ ਆਵਾਜ਼ ਸੁਣਦਾ ਪਿਆ ਅੱਜ ਸੰਡੇ ਦਾ ਦਿਨ ਸੀ ਬੱਚਿਆਂ ਨੂੰ ਛੁੱਟੀ ਹੁੰਦੀ ਇੱਥੇ ਤਾਂ ਰੌਣਕ ਮੇਲਾ ਲੱਗਾ ਰਹਿੰਦਾ ਛੁੱਟੀ ਕਰਕੇ ਉੱਧਰ ਵੀ ਪੀਂਘਾਂ ਏ ਆਵੇ ਇੱਧਰ ਵੀ ਪੀਂਘਾਂ ਏ ਬੇਬੀ ਸ਼ਾਕ ਆਖ ਮੰਮਾ ਮੰਮਾ ਦਾ ਕੁੱਕੀ ਪੀ ਮੇਰੀ ਕੁੱਕੀ ਪੀ ਤੂੰ ਚੱਲ ਸਾਡੀ ਆਵੇ ਚੱਲ ਦੋ ਮੈਨੂੰ ਮੰਮਾ ਕਰ ਦੇ ਚੱਲ ਦੁਆਰ ਜੁੜ ਲੈ ਆ ਵੇਖੋ ਆ ਮੇਰਾ ਛੋਟਾ ਆ ਮੇਰਾ ਵੱਡਾ ਉਹਨੇ ਲੈਣਾ ਵਿੱਚ ਝੂਟੇ ਲੈਣੇ ਨੇ ਉਹਨੇ ਉੱਧਰ ਅੱਗੇ ਅੱਗੇ ਜਾਂਦੇ ਆ ਕਿੰਨਾ ਕਿਊਟ ਏ ਬੈ ਬਿਠਾ ਦੇ ਪੁੱਛ ਲੈ ਇਹਨਾਂ ਨੂੰ ਪਤਾ ਨਹੀਂ ਰਹਿਣ ਦੇ ਤੂੰ ਨਾ ਬਹਿ ਛੋਟਾ ਬਹਿਣਾ ਹੋਣਾ ਹੋਵੇ ਉੱਧਰ ਉਹ ਜਾਂਦਾ ਪਿਆ ਉੱਧਰ ਨਮਨ ਨਮਨ ਉਹਦੇ ਵਾਲੀ ਵੇਖੀ ਜਾਂਦਾ ਪਿਆ ਛੋਟਾ ਜਿਹਾ ਹੋਵੇ ਕਿਵੇਂ ਬਾਲਟੀ 'ਚ ਲੈ ਕੇ ਤੇ ਦੌੜਾ ਜਾਂਦਾ ਹੈ ਵਿਚਾਰਾ ਲੈਂਗੁਏਜ ਕੋਈ ਆਉਂਦੀ ਨਹੀਂ ਹੈਗੀ ਨਮਨ ਨੀ ਮੰਮਾ ਦਾ ਨਵਾਂ ਪੀਤ ਸੀ ਨੀ ਮੰਮਾ ਦਾ ਗਮਾ ਵੀ ਜੀ ਵੇਖ ਕਿੱਡਾ ਖੁਸ਼ ਹੁੰਦਾ ਇਹ ਤਾਂ ਚਲੋ ਭਾਵੇਂ ਸਾਰੀ ਦਿਹਾੜੀ ਭਾ ਛੱਡੋ ਬਸ ਘਰ ਹੀ ਨਹੀਂ ਟਿਕਦਾ ਹੈਗਾ ਉਹ ਉੱਧਰ ਜੋੜੀਆਂ ਬੈਠੀਆਂ ਕਿੱਦਾਂ ਵਿਹਲੇ ਘਰੋਂ ਕੰਮ ਤੋਂ ਅੱਜ ਛੁੱਟੀਆਂ ਨਮਨ ਵਿਚਾਰਾ ਇੱਧਰ ਲੱਗਾ ਝੂੰਟੇ ਲੈਣ ਨਮਨ ਨੂੰ ਆਉਂਦੀ ਵੀ ਨੀਂਦ ਨਮਨ ਨਮਨ ਭਾਵੇਂ ਇੱਥੇ ਸੌਂ ਹੀ ਜਾਵੇ ਆਹ ਉੱਧਰ ਲੱਗੇ ਨੇ ਉਹ ਝੂਟੇ ਲੈਣ ਨਮਨ ਪ੍ਰੀਤ ਨੀ ਮਮਾਂ ਦਾ ਨਵਾਂ ਪ੍ਰੀਤ ਨੂੰ ਧੁੱਪ ਲੱਗਦੀ ਵੀ ਜੀ ਆਏ ਹੈ ਆਪਣੇ ਵੱਡੇ ਪਾਲ ਵੇਖ ਵੇਖ ਕੇ ਹੱਸਦਾ ਪਿਆ ਉਹਦੇ ਨਾ ਮੱਝ ਗੁਰਵਿੰਦਰ ਨੋ ਇੱਧਰ ਵੇਖੋ ਕੀ ਬਣਦਾ ਪਿਆ ਨਾਲ ਨਾਲ ਭੰਗੜਾ ਤੇ ਨਾਲ ਨਾਲ ਵੀਡੀਓ ਨਾਲ ਨਾਲ ਭੰਗੜਾ ਵੇਖੋ ਅੱਜ ਤੀਆਂ ਦਾ ਮੇਲਾ ਹੈ ਤੀਆਂ ਦਾ ਤਿਉਹਾਰ ਆਹੋ ਤੀਆਂ ਦਾ ਤਿਉਹਾਰ ਹੀ ਬਣਦਾ ਲਓ ਜੀ ਆ ਵੇਖੋ ਇੱਧਰ ਮੇਰੀ ਮੈਡਮ ਇਹ ਕੀ ਹੁੰਦਾ ਪਿਆ ਮੈਂ ਚਾਹ ਬਣਾਉਂਦੀ ਵੀ ਹੈ ਇਵੇਂ ਛੋਟੀ ਹੁੰਦੀ ਇਹਨੂੰ ਲਾਗੇ ਮੈਂ ਸਲਫ 'ਤੇ ਬਾਲਣ ਦੀ ਹੁੰਦੀ ਸੀ ਅਤੇ ਆ ਵੇਖੋ ਅੱਜ